ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਗੁਰਪ੍ਰੀਤ ਸਿੰਘ ਗੁਪਤੀ ਰਾਜਾ ਘਰ ਤੋਂ ਗੱਲ ਕਰ ਰਿਹਾ ਅਤੇ ਤੁਹਾਡੇ ਲਈ ਹਾਜ਼ਰ ਹੋਇਆ ਰੈਮ ਲੈ ਕੇ ਜੀ ਆਪਣੇ ਕੋਲ ਜੀ 1016 900 16 ਅਲੱਗ ਅਲੱਗ ਰੈਮ ਸਾਈਜ਼ ਹੁੰਦਾ ਜੀ 1016 ਦਾ ਰੈਮ ਵੀ ਹੁੰਦਾ 900 16 ਦਾ ਰੈਮ ਹੁੰਦਾ ਇਹਦੇ ਵਿੱਚ ਹਰੇਕ ਕਲਰ ਮੌਜੂਦ ਆਪਣੇ ਕੋਲ ਬਲੈਕ ਕਲਰ ਲੈ ਲਓ ਵਾਈਟ ਲੈ ਲਓ ਰੈੱਡ ਲੈ ਲਓ 8016 ਦਾ ਰੈਮ ਵੀ ਹੈਗਾ ਜੀ ਆਪਣੇ ਕੋਲ ਗੋਲ ਮੋਰੀਆਂ ਵਾਲਾ ਹੈਗਾ 5 ਨਟਾ 6 ਨਟਾ 5 ਨਟਾ 855 ਦਾ ਅਰੀਜਨਲ ਰੈਮ ਮਿਲੇਗਾ ਪੂਰੀ ਫਿਟਿੰਗ ਵਾਲਾ ਜੀ ਸਤਿ ਸ਼੍ਰੀ ਅਕਾਲ ਜੀ ਇਹ 'ਚ ਬਾਈ ਜੇ ਤੁਸੀਂ ਕਈ ਕਹਿੰਦੇ ਲੋਕ ਵੀ ਅਰੀਜਨਲ ਰੈਮ 'ਚ ਅਸੀਂ ਟਾਇਰ ਪਾਉਣਾ ਵੀ ਦੂਜੇ ਮੋਰੀਆਂ ਵਾਲੇ ਨੂੰ ਸਾਨੂੰ ਨਹੀਂ ਚਾਹੀਦੇ ਜੇ ਬਾਈ ਚਾਂਸ ਤੁਸੀਂ ਉਹ ਪਾਉਣਾ ਤਾਂ ਰਿਮ ਦੀ ਫਰੰਟ ਸਾਈਡ ਜਿਹੜੀ ਹੁੰਦੀ ਆ ਉਹਨੂੰ ਤੁਸੀਂ ਜੇ ਪੁੱਠਾ ਘੁਮਾ ਲਓਗੇ ਤਾਂ ਤੁਹਾਡਾ ਰਿਮ ਪੈ ਜਾਊਗਾ ਸਟੈਂਡਰਡ ਨਾਲ ਨਹੀਂ ਲੱਗੂਗਾ ਪਰ ਜਿਹੜੀ ਇਹਦੀ ਚੜਾਈ ਹੈ ਬਾਈ ਉਹ 6.5 ਇੰਚ ਹੀ ਹੁੰਦੀ ਰਹੀ ਜਾਂਦੀ ਅਤੇ ਜਿਹੜੇ ਦੂਜੇ ਰਿਮ ਤੁਹਾਡੇ ਸਾਹਮਣੇ ਮੋਰੀਆਂ ਵਾਲੇ ਉਹ ਘੱਟੋ ਘੱਟ 7 ਇੰਚ ਹੀ ਹੁੰਦੇ 7 ਤੋਂ ਵੀ ਵੱਧ ਹੁੰਦੇ ਅਤੇ ਉਹਦੇ ਨਾਲ ਟਾਇਰ ਖੁੱਲ੍ਹ ਜਾਂਦਾ ਪਰ ਜੇ 916 ਪਾਉਣਾ ਅਸੀਂ ਇਹੀ ਚੀਜ਼ ਰੈਕਮੈਂਡ ਕਰਦੇ ਹਾਂ ਕਿ 916 ਦਾ 9 ਇੰਚੀ ਰਿਮ ਪਾਓ ਜੇ ਫਿਰ ਵੀ ਰੀਨਰ ਪਾਉਣਾ ਤਾਂ ਰਿਮ ਨੂੰ ਪੁੱਠਾ ਕਰਕੇ ਤੁਸੀਂ ਪਾ ਸਕਦੇ ਹੋ